एको एक कहे सब कोई होमे गर्भ व्यापे अंतर बाहर एक पछाणे एको महल सियापे। एको एक कहे सब कोई सारिया मत्ता मारे एक करके ही बोलते ने उतां खुदा कह लो कोई ईश्वर कह लो कोई अल्लाह कह लो। अच्छा जी। जब कोई बाहर एक जान लेंदा एक समझ लेंदा एक नु जान लेंदा पछाण लेंदा फिर ओ महल भी पछाण लेंदा एक महल से आपा जेड़े च रहंदा महल च ओ महल भी देख लेंदा। अच्छा जी। ओ महल दे विच रहंदा जेड़ा महल दे विच देखे जो ਅੰਦਰ ਬਾਹਰ ਇੱਕ ਬਚੋੜੇ ਅੰਦਰ ਬਾਹਰ ਜਿਹੜਾ ਅੰਦਰ ਹੈ ਨਾ ਜਿਹੜਾ ਬਾਹਰ ਮਨ ਹੈ ਨਾ ਅੱਖਾਂ ਤੇ ਦੇਖਦਾ ਹੈ। ਅੱਛਾ ਜੀ। ਅੱਗੋਂ ਤੇ ਸੁਣਦਾ ਹੈ ਬੋਲਦਾ ਵਾਰਤਾਲਾਪ ਕਰਦਾ ਹੈ ਵੈਰ ਵਿਰੋਧ ਵੀ ਕਰਦਾ ਹੈ ਕਾਮ ਕ੍ਰੋਧ ਵੀ ਕਰਦਾ ਹੈ ਇਹ ਹਰ ਅੰਦਰ ਵਾਲਾ ਇਹਦਾ ਮੂਲ ਇਹ ਦੋਏ ਇੱਕ ਨੇ ਇਹਨਾਂ ਦੋਆਂ ਨੂੰ ਇੱਕ ਕਰਕੇ ਪਛਾਣਨਾ ਦੋਏ ਇੱਕ ਜਦ ਹੁੰਦੇ ਨੇ ਜਾਂ ਬਾਹਰਲਾ ਉਗਣ ਛੱਡ ਦਿੰਦਾ ਹੈ ਉਧਰਲੇ ਵਰਗਾ ਹੋ ਜਾਂਦਾ ਹੈ ਗੁੜੀ ਦੇ ਨਾਲ। ਅੱਛਾ ਜੀ। ਫੇਰ ਸਿਆਣਾ ਜਾਂਦਾ ਫੇਰ ਇਹਦੀ ਸਮਝ ਫੇਰ ਇਹਦੀ ਪਛਾਣ ਹੁੰਦੀ ਹੈ ਵੀ ਕੀ ਹੈ। ਅੱਛਾ ਜੀ। ਆਤਮ ਦਰਸ਼ਨ ਫੇਰ ਹੁੰਦਾ ਆਤਮ ਹੀ ਤੂੰ ਆਪੇ ਕਹੇ ਨੂੰ ਇਹ ਦੱਸਿਆ ਜਿੱਦਣ ਤੂੰ ਆਪੇ ਹੋ ਗਿਆ ਉਦੋਂ ਤੈਨੂੰ ਇੱਕ ਦਾ ਗਿਆਨ ਹੋਣਾ ਵਰਨਾ ਇੱਕ ਦਾ ਗਿਆਨ ਕਿਤੋਂ ਨਹੀਂ ਹੋਣਾ। ਅੱਛਾ ਜੀ। ਬਾਹਰੋਂ ਇੱਕ ਦਾ ਗਿਆਨ ਨਹੀਂ ਹੋਣਾ ਇੱਕ ਦਾ ਗਿਆਨ ਤੈਨੂੰ ਆਪਣਾ ਹੀ ਹੋਣਾ ਆਪਣੇ ਹੋਣਾ। ਅੱਛਾ ਜੀ। ਕਹਿਣ ਦਾ ਭਾਵ ਵੀ ਇੱਕੋ ਇੱਕ ਸਭ ਕਹਿੰਦੇ ਆ ਫਿਰ ਵੀ ਗਰਭ ਫਿਰ ਵੀ ਵਿਆਪ ਰਿਹਾ ਸਭ ਨੂੰ ਹੈ ਜੀ। ਹੋਵੇ ਗਰਭ ਫਿਰ ਕਿਹੜੀ ਗੱਲ ਹੈ ਜੇ ਇੱਕ ਹੈ। ਅੱਛਾ ਜੀ। ਮੈਂ ਕੀ ਹੋਇਆ ਜਦ ਇੱਕ ਪ੍ਰਧਾਨ ਨੇ ਫਿਰ ਮੈਂ ਕੀ ਰਹਿ ਗਿਆ ਕੀ ਰਹਿ ਗਿਆ ਉਹਦੇ ਘਰ ਫਿਰ ਵੀ ਵਿਆਪੀ ਜਾਂਦਾ ਇੱਕ ਵੀ ਵਧੀ ਜਾਂਦਾ ਨੀ ਉਹਦੇ ਘਰ ਫਿਰ ਵੀ ਵਿਆਪੀ ਜਾਂਦਾ ਲੋਕਾਂ ਨੂੰ। ਤੇ ਅੰਤਰ ਬਾਹਰ ਮਤਲਬ ਹੈਗਾ ਵੀ ਅੰਦਰ ਹਿਰਦੇ ਦੇ ਅੰਦਰ ਜਿਹੜਾ ਸਾਹ ਲੈਂਦਾ ਉਹ ਅੰਦਰ ਹੈ ਜਿਹੜਾ ਬਾਹਰ ਗੱਲ ਕਰਦਾ ਅੱਖਾਂ ਦੀ ਦੇਖਦਾ ਬਾਹਰ ਹੈ। ਅੱਛਾ। ਦੋਹੇ ਰਲ ਕੇ ਇੱਕ ਦੋਹੇ ਰਲ ਕੇ ਇੱਕ ਹੈ ਠੀਕ ਹੈ ਜੀ। ਹਾਂਜੀ। ਪ੍ਰਭ ਨੇੜੇ ਹਰ ਦੂਰ ਨਾ ਜਾਣੋ ਏਕੋ ਸ੍ਰਿਸ਼ਟ ਸਬਾਈ ਏਕੰਕਾਰ ਅਵਰ ਨਹੀਂ ਦੂਜਾ ਨਾਨਕ ਏਕ ਸਮਾਈ। ਪ੍ਰਭ ਨੇੜੇ ਹੈ ਦੂਰ ਨਹੀਂ ਹੈ ਕਿਤੇ ਜਿਵੇਂ ਦੱਸਿਆ ਹੋਇਆ ਬਤਾਲੀ ਨਦੀ ਹੈ ਉਹ ਜਾਊਗਾ ਪਤਾ ਨਹੀਂ ਕਿੰਨੇ ਮੀਲਾਂ ਦੇ ਕੋਹਾਂ ਨੇ ਦੱਸਿਆ ਇੱਕ ਸਾਲ ਚ ਜਾਂਦਾ ਹੈ। ਪ੍ਰਭ ਤਾਂ ਨੇੜੇ ਹੈ ਅੰਦਰ ਹੈ ਹਰ ਦੂਰ ਨਾ ਜਾਣੋ ਇਹਨੂੰ ਦੂਰ ਨਹੀਂ ਜਾਣਾ ਚਾਹੀਦਾ ਅੰਦਰ ਹੈ ਉਹ ਠੀਕ ਹੈ ਜੀ। ਇੱਕ ਸਿਰਸ ਸਫਾਈ ਸਾਰੀ ਸਿਰਸ ਚ ਇਸ ਤਰ੍ਹਾਂ ਦੀ ਹੋਈ ਪ੍ਰਕਿਰਿਆ ਸਾਰੀ ਚ ਇਹ ਜਾਈ ਕੁਛ ਹੈ ਸਾਰੀ ਸਿਰਸੀ ਚ ਇਹਦੀ ਵੀ ਆਦਮੀ ਵਿੱਚੇ ਅੱਛਾ ਜੀ ਸਾਰਿਆਂ ਵਿੱਚੇ ਹੀ ਨੇੜੇ ਹੈ ਹਦੂਰ ਹੈ ਇਹਦੀ ਕਿਸੇ ਵਿੱਚ ਵੀ ਪਰ ਟੋਲ ਦੇ ਬਾਹਰ ਨੂੰ ਅੰਦਰ ਟੋਲਣ ਅੰਦਰ ਟੋਲਣ ਦਾ ਨੇੜੇ ਹੈ ਬਾਹਰ ਟੋਲਣ ਦਾ ਦੂਰ ਹੈ। ਇੱਕੋ ਸਿਰ ਸਵਾਈ ਇੱਕ ਅੰਕਾਰ ਵਾਲੀ ਦੂਜਾ ਅੰਕਾਰ ਹੈ ਸਭ ਦੇ ਵਿੱਚ ਇੱਕ ਓਂਕਾਰ ਨਹੀਂ ਆਇਆ ਹੁਣ ਫੇਰ ਹਾਂਜੀ ਇੱਕ ਅੰਕਾਰ ਆ ਗਿਆ। ਅੱਛਾ ਜੀ। ਅਵਲ ਨਹੀਂ ਦੂਜਾ ਦੂਜਾ ਕੋਈ ਨਹੀਂ ਹੈ ਇੱਕ ਅੰਕਾਰ ਨੇ ਸਭ ਇੱਕੇ ਨੇ ਠੀਕ ਹੈ ਜੀ। ਅਕਾਰ ਰਹਿਤ ਨੇ ਮਾਇਆ ਤੋਂ ਰਹਿਤ ਨੇ ਇੱਕ ਅਕਾਰ ਅਕਾਰ ਤੋਂ ਰਹਿਤ ਸਰੀਰ ਵਾਲਾ ਹੁੰਦਾ। ਅੱਛਾ ਜੀ। ਨਾਨਕ ਏਕ ਸਮਾਈ ਆਪਣੇ ਆਪ ਚ ਸਮਾਉਣ ਆਪਣੇ ਆਪ ਨਾਲ ਸਮਾ ਕੇ ਇੱਕ ਹੋਣ। ਅੱਛਾ ਜੀ। ਏਕੰਕਾਰ ਤੋਂ ਭਾਵ ਪ੍ਰਭ ਹੀ ਹੈ ਜੀ। ਏਕੰਕਾਰ ਪੂਰਨ ਬ੍ਰਹਮ ਦਾ ਨੂਰ। ਅੱਛਾ ਜੀ। ਪੂਰਨ ਬ੍ਰਹਮ ਦਾ ਨਾਮ। ਅੱਛਾ ਜੀ।
ਗੁਣ ਬ੍ਰਹਮ ਇੱਕ ਅੰਕਾਰ ਹੈ। ਤੇ ਜੇ ਆਪਾਂ ਕਹੀਏ ਇੱਕ ਅੰਕਾਰ ਔਰ ਇੱਕ ਔਰ ਉਹ ਅੰਕਾਰ ਦਾ ਕੀ ਫਰਕ ਹੈ ਆਪਸ ਚ? ਓਕਾਰ ਹੁਕਮ ਰੂਪ ਹੈ। ਅੱਛਾ ਜੀ, ਇੱਕ ਅੰਕਾਰ ਹੁਕਮ ਦੇ ਵਿੱਚ ਹੈ, ਇੱਕ ਅੰਕਾਰ ਹੁਕਮ ਹੈ, ਹਾਕਮ ਹੈ। ਉਹ ਅੰਕਾਰ ਹਾਕਮ ਹੈ ਜੀ, ਇਹ ਦਾਸ ਹੈ, ਇਹ ਦਾਸ ਹੈ ਇੱਕ ਅੰਕਾਰ, ਉਹ ਸਾਹਿਬ ਹੈ। ਅੱਛਾ ਜੀ, ਇੱਕ ਅੰਕਾਰ ਦਾਸ ਹੈ, ਓਂਕਾਰ ਜਿਹੜਾ ਸਾਹਿਬ ਹੈ। ਅੱਛਾ, ਇਹਨੇ ਉਸ ਪਾਰਲੀਮੈਂਟ ਦੇ ਵਿੱਚ ਸਮਾਉਣਾ ਜਾ ਕੇ, ਜਾਂ ਪਾਰਲੀਮੈਂਟ ਚ ਬਣ ਗਿਆ, ਫਿਰ ਉਹ ਜਿਹਾ ਹੀ ਬਣ ਗਿਆ ਜਾ ਕੇ। ਠੀਕ ਹੈ ਜੀ, ਫਿਰ ਤਾਂ ਓਂਕਾਰ ਬਣ ਗਿਆ।